ਇੱਥੇ ਦੇ ਆ ਕੇ ਨਾ ਆਪਣੇ ਪਸ਼ੂਆਂ ਨੂੰ ਆਹ ਮੱਖੀਆਂ ਤੇ ਮੱਛਰ ਬੜਾ ਹੀ ਜ਼ਿਆਦਾ ਤੰਗ ਕਰਦੇ ਆ ਪਸ਼ੂਆਂ ਦੇ ਪਿੰਡੇ ਤੇ ਜ਼ਖਮ ਕਰ ਦਿੰਦੇ ਆ ਤੇ ਪਸ਼ੂ ਵਿਚਾਰੇ ਬੇਜਮਾਨ ਬੋਲ ਕੇ ਦੱਸਤਾ ਸਕਦੇ ਨਹੀਂ ਪਰ ਤੰਗ ਬਹੁਤ ਹੁੰਦੇ ਆ ਤੇ ਪਤਾ ਆਪਾਂ ਨੂੰ ਵੀ ਹੁੰਦਾਗਾ ਤਾਂ ਹੁਣ ਇਹਦੇ ਲਈ ਆਪਾਂ ਕੀ ਕਰੀਏ ਵੈਸੇ ਤਾਂ ਆਪਣੇ ਕਿਸਾਨ ਵੀਰ ਬਹੁਤ ਜ਼ਿਆਦੇ ਸਿਆਣੇ ਆ ਉਹ ਕੀ ਕਰਦੇ ਆ ਜਿਹੜੇ ਆਪਣੇ ਫਸਲਾਂ ਦੇ ਉੱਪਰ ਛਿੜਕਣਾਂ ਦਾ ਜ਼ਹਿਰ ਨਹੀਂ ਹੁੰਦੇ ਜਿਵੇਂ ਪ੍ਰਾਈਡ ਆ ਹਕਟਾਰਾ ਵਗੈਰਾ ਕਹਿੰਦੇ ਬਸ ਥੋੜੀ ਜੀ ਇਹ ਪਾ ਲੈਨੇ ਆ ਤੇ ਇਹੇ ਉੱਪਰ ਛਿੜਕ ਦਿੰਦੇ ਆ ਕੰਦਾਂ ਕੁੰਦਾਂ ਤੇ ਪਸ਼ੂਆਂ ਦੇ ਪਿੰਡੇ ਤੇ ਤੇ ਆਏ ਵਧੀਆ ਆਰਾਮ ਨਾਲ ਸੌਂ ਜਾਂਦੇ ਆ ਪਸ਼ੂ ਪਰੰਤੂ ਰੁਕੋ ਦੋਸਤੋ ਇਹ ਜ਼ਹਿਰ ਆ ਬਾਕੀ ਕੱਲਾ ਕੰਮ ਇਹੀ ਨਹੀਂ ਕਰਦੇ ਆਪਣੇ ਮੈਡੀਕਲ ਤੋਂ ਨਾ ਆਮ ਹੀ ਮਿਲ ਜਾਂਦੀ ਆ ਚਿਚੜਾਂ ਨੂੰ ਮਾਰਨ ਵਾਲੀ ਦਵਾਈ ਉਹ ਵੀ ਲਾ ਦਿੰਦੇ ਆ ਪਰੰਤੂ ਦੋਸਤੋ ਜੇਕਰ ਆਪਾਂ ਜਿਹੜਾ ਕੰਮ ਪਹਿਲੀ ਕਰਤਾ ਯਾਰ ਤੁਸੀਂ ਕਰੋ ਹੀ ਨਾ ਜ਼ਹਿਰ ਆਪਣੇ ਪਸ਼ੂਆਂ ਦੇ ਉੱਪਰ ਨਾ ਛਿੜਕੋ ਕਿਉਂਕਿ ਜੇਕਰ ਇਹ ਪਸ਼ੂ ਆਪਣਾ ਚੱਟ ਲੈਂਦਾ ਤਾਂ ਨੁਕਸਾਨ ਆਪਣੀ ਹੋਣਾ ਪਸ਼ੂ ਬਿਮਾਰ ਹੋ ਜਾਂਦਾ ਜਾਂ ਵੱਡਾ ਨੁਕਸਾਨ ਹੋ ਰਿਹਾ ਤਾਂ ਉਹ ਆਪਣਾ ਹੀ ਹੋਣਾਗਾ ਇਸ ਲਈ ਜੇਕਰ ਤੁਸੀਂ ਇਹ ਕੰਮ ਕਰਦੇ ਹੋ ਨਾ ਤਾਂ 2 ਘੰਟੇ ਬਾਅਦ ਆਪਣੇ ਪਸ਼ੂ ਨੂੰ ਨਮਾਦਿਆ ਕਰੋ ਪਰ ਮੈਂ ਤੁਹਾਨੂੰ ਇੱਕੋ ਹੀ ਰਹਿ ਦੇਵਾਂਗਾ ਕਿ ਇਨ੍ਹਾਂ ਜ਼ਹਿਰਾਂ ਤੋਂ ਦੂਰ ਰਹੋ ਪਰ ਆਪਾਂ ਹੁਣ ਕਰਗੇ ਤਾਂ ਕਰਗੇ ਕੀ ਆਹ ਮੱਖੀਆਂ ਮੱਛਰ ਤਾਂ ਤੰਗੀ ਵਾਲਾ ਕਰਦੇ ਆ ਪਸ਼ੂ ਤਾਂ ਤੜਫ ਤੜਫ ਉੜਦੇ ਆ ਕਿ ਕੀ ਕਰਗੇ ਤਾਂ ਮੈਂ ਤੁਹਾਨੂੰ ਬਿਲਕੁਲ ਸਸਤਾ ਜਾ ਬਸ ਇੱਕ ਦੋ ਚੀਜ਼ਾਂ ਮਾਰਕੀਟ ਦੇ ਵਿੱਚੋਂ ਆਪ ਨੂੰ ਲੈ ਕੇ ਆਉਣੀਆਂ ਪੈਣਗੀਆਂ ਬਾਕੀ ਸਾਰਾ ਸਮਾਨ ਆਪਣੇ ਘਰ ਹੀ ਹੁੰਦਾ ਉਹ ਵੀ ਬਹੁਤ ਸਸਤੀਆਂ ਆ ਆਪਾਂ ਕਰਨਾ ਕੀ ਆ ਆਪਾਂ ਬਸ 150 ਤੋਂ 200 ml ਤੱਕ ਲੈਣਾ ਪਾਣੀ ਤੇ ਉਹਦੇ ਵਿੱਚੋਂ 2 ਤੋਂ 3 ਕਪੂਰ ਦੀਆਂ ਟਿੱਕੀਆਂ ਪਾਉਣੀਆਂ ਗਈਆਂ ਯਾਦ ਰੱਖੇ ਚੰਗੀ ਤਰ੍ਹਾਂ ਕੁੱਟ ਕੇ ਕਬੂਰ ਦੀ ਟਿੱਕੀਆਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਚੰਗੀ ਕੰਪਨੀ ਦੀ ਫਿਨਾਈਲ ਲੈਣੀ ਆ ਕਿੰਨੀ 250 ਐਮਲ ਫਿਰ ਉਸ ਤੋਂ ਬਾਅਦ ਆਪਾਂ ਅੱਧਾ ਕਿਲੋਟਰ ਲੈ ਲੈਣਾ ਡੀਜ਼ਲ ਤੇ 300 ਗ੍ਰਾਮ ਲੈ ਲੈਣਾ ਆਪਾਂ ਸਰੋਂ ਦਾ ਤੇਲ ਬਸ ਇੰਨਾ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਆਪਣੇ ਪਸ਼ੂਆਂ ਦੇ ਉੱਪਰ ਛਿੜਕ ਦੇਣਾਗਾ ਅਜਿਹਾ ਕਾਰਨ ਨਾਲ ਤੁਸੀਂ ਆਪਣੇ ਅੱਖੀ ਦੇਖੋਗੇ ਕਿ ਜਿਹੜੇ ਮੱਛਰਾਂ ਮੱਖੀਆਂ ਆਪਣੇ ਪਸ਼ੂਆਂ ਦੇ ਲਾਗੇ ਵੀ ਨਹੀਂ ਆਉਣੀਆਂ ਬਹੁਤ ਹੀ ਜਦੇ ਸਸਤਾ ਤੇ ਵਧੀਆ ਤਰੀਕਾ ਹੈਗਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫਾਰਮੂਲੇ ਆ ਜਿਵੇਂ ਕਿ ਸਰੋਂ ਦਾ ਤੇਲ ਲੈ ਲੋ 19 ਕਿ ਮਾਤਰਾ ਦੇ ਵਿੱਚ ਹੀ ਆਪਣੇ ਨਿੰਮ ਦਾ ਤੇਲ ਲੈ ਲੋ ਇਸ ਦੀ ਮਾਲਿਸ਼ ਕਰ ਦੋ ਇਸ ਨਾਲ ਵੀ ਆਪਣੇ ਪਸ਼ੂਆਂ ਦੇ ਉੱਪਰ ਮੱਖੀਆਂ ਮੱਛਰ ਤੋਂ ਰਾਹਤ ਮਿਲਦੀ ਹੈਗੀ ਤੇ ਉਹ ਇਸ ਤਰ੍ਹਾਂ ਬਹੁਤ ਸਾਰੇ ਤਰੀਕੇ ਆ ਆਪਾਂ 100 ਗ੍ਰਾਮ ਕੇਲਵਾ ਤੇਲ ਨਾਲ ਤੇ 50 ਗ੍ਰਾਮ ਲੈਣਾਗਾ ਸਰੋਂ ਦਾ ਤੇਲ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਵੀ ਆਪਣੇ ਪਸ਼ੂ ਦੇ ਉੱਪਰ ਛਿੜਕਾ ਕਰ ਸਕਦੇ ਆ ਇਹਨਾਂ ਨਾਲ ਵੀ ਮੱਖੀਆਂ ਮੱਛਰ ਆਪਣੇ ਪਸ਼ੂ ਦੇ ਨੇੜੇ ਵੀ ਨਹੀਂ ਆਉਂਦੇ ਹੁਣ ਕਈ ਕਿਸਾਨ ਵੀਰ ਕਹਿਣਗੇ ਕਿ ਕੇਲੋ ਦਾ ਤੇਲ ਕੀ ਹੁੰਦਾ ਯਾਰ ਸਾਨੂੰ ਤਾਂ ਪਤਾ ਨਹੀਂ ਬਸ ਤੁਸੀਂ ਮਾਰਕੀਟ ਦੇ ਵਿੱਚ ਜਾਣਾ ਜਿਹੜੀ ਪੰਸਾਰੀ ਦੀ ਦੁਕਾਨ ਹੁੰਦੀ ਹੈ ਉੱਥੇ ਜਾ ਕੇ ਕਹਿਣਾ ਵੀ ਸਾਨੂੰ ਕੇਲਵਾ ਤੇਲ ਚਾਹੀਦਾ ਉਹ ਆਪੇ ਦੇ ਦਊਗਾ ਤਾਂ ਦੋਸਤੋ ਇਹ ਬਹੁਤ ਸਾਰੇ ਫਾਰਮੂਲੇ ਆ ਜਿਨ੍ਹਾਂ ਦੇ ਵਿੱਚ ਆਪਣਾ ਖਰਚਾ ਹੀ ਬਹੁਤ ਜ਼ਿਆਦਾ ਘੱਟ ਆਉਂਦਾ ਤੇ ਕਈ ਚੀਜ਼ਾਂ ਤਾਂ ਆਪਣੇ ਘਰੇ ਹੀ ਹੁੰਦੀਆਂ ਗਈਆਂ ਤੇ ਬਿਲਕੁਲ ਫਰੀ ਵਾਂਗੀਆਂ ਆਪਣੇ ਪਸ਼ੂਆਂ ਦੇ ਉੱਪਰ ਜਿਹੜੀਆਂ ਮੱਖੀਆਂ ਮੱਛਰ ਬੈਠਦੇ ਆ ਉਹਨਾਂ ਦਾ ਇਲਾਜ ਕਰ ਸਕਦੇ ਆ ਤਾਂ ਦੋਸਤੋ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ